पातशाह ने उदो ही मौके से ही गड़बा मार के पार लगाता। इस वक्त असि खड़े है पुली ते गुरुद्वारा टिब्बी साहब तो वॉकिंग डिस्टेंस ते है ना, कोई बड़ा थोड़ा जिहा ही है बस, ते 5 मिंट ज्यादा दूर नहीं है। मतलब सानू ला लो तुसी टोटल लगे होणगे 7-8 मिंट लगे होणगे पैदल दा रस्ता है। जे तुसी पैदल आना चाहुंदे हो तां पैदल भी आ सकदे हो, जे है ना इक तरह दा वधिया पिंड वाला माहौल जिहा भी देख सकदे हो तुसी नाल नाल जे तुसी पैदल आउणे हैगे तां। इहदा इतिहास भी दसदे आ तुहानू, दातन सर साहिब दा की इतिहास है। ਹੁਣ ਆਪਾਂ ਜਾ ਰਹੇ ਹਾਂ ਜੀ ਦਰਬਾਰ ਸਾਹਿਬ ਵੱਲ, ਗੁਰਦੁਆਰਾ ਦਾਤਨ ਸਰ ਸਾਹਿਬ। ਇਤਿਹਾਸ ਦੀ ਸਾਂਝ ਵੀ ਪਾਉਂਦੇ ਹਾਂ ਤੁਹਾਡੇ ਨਾਲ। ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਅੰਮ੍ਰਿਤ ਵੇਲੇ ਦਾਤਨ ਕਰ ਰਹੇ ਸੀਗੇ ਇਸ ਸਥਾਨ ਤੇ, ਤਾਂ ਪਿੱਛੋਂ ਜਿਹੜਾ ਨੂਰਦੀਨ ਸੀਗਾ ਜਿਹੜਾ ਔਰੰਗਜ਼ੇਬ ਵੱਲੋਂ ਭੇਜਿਆ ਗਿਆ ਸੀਗਾ ਤੇ ਖਬਰਸਾਰ ਲੈਣ ਲਈ, ਉਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੋਂ ਹਮਲਾ ਕੀਤਾ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਸਾਰੀ ਉਮਰ ਜਿਹੜਾ ਹੈਗਾ ਤੇਰੇ ਜੁੱਤੀਆਂ ਪਹਿਣਗੀਆਂ, ਤਾਂ ਜਿੰਨੇ ਵੀ ਮੇਰੇ ਸਿੱਖ ਹੈ ਉਹ ਸਾਰੇ ਤੇਰੇ ਹੈਗੇ ਆ ਜਿਹੜੇ ਜੁੱਤੀਆਂ ਮਾਰਨਗੇ। ਤੇ ਉਹ ਸਿੱਖੀ ਦੇ ਭੇਸ 'ਚ ਜਿਹੜਾ ਹੈਗਾ ਲੁੱਕ ਕੇ ਆਇਆ ਸੀਗਾ, ਸੀ ਉਹ ਨੂਰਦੀਨ ਮੁਸਲਮਾਨ। ਤਾਂ ਇਹ ਇੱਥੋਂ ਦਾ ਇਤਿਹਾਸ ਹੈ। ਤੇ ਇਸ ਟਾਈਮ ਅਸੀਂ ਖੜੇ ਹੈਗੇ ਨੂਰਦੀਨ ਦੀ ਕਬਰ ਤੇ, ਪਾਪੀ ਦੇ ਜਿਹਨੇ ਗੁਰੂ ਗੋਬਿੰਦ ਸਿੰਘ ਦੇ ਪਿੱਛੋਂ ਹਮਲਾ ਕੀਤਾ ਸੀਗਾ। ਤੇ ਤੁਸੀਂ ਦੇਖ ਸਕਦੇ ਹੋ ਨਿਹੰਗ ਸਿੰਘ ਫੌਜਾਂ ਜਿਹੜੇ ਹੈਗੇ ਉਹ ਤੋਂ ਸ਼ਸਤਰ ਮਾਰ ਰਹੀਆਂ ਹੈਗੀਆਂ, ਜੁੱਤੀਆਂ ਮਾਰ ਰਹੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੌਜਾਂ ਉਤਰੀਆਂ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਸਿੰਘ ਸਾਹਿਬ ਜਥੇਦਾਰ ਬਾਬਾ ਜਗਿੰਦਰ ਸਿੰਘ ਜੀ ਰਕਬੇ ਵਾਲੇ ਮਹਾਂਪੁਰਸ਼। ਤੇ ਇਹ ਨੂਰਦੀਨ ਦੀ ਕਬਰ ਤੇ ਪਾਤਸ਼ਾਹ ਜਦੋਂ ਇੱਧਰ ਮੈਦਾਨ ਖੇਡਣ ਆਏ ਨੇ ਦਾਤਨ ਸਰ ਗੁਰੂ ਘਰ ਦੇ ਵਿੱਚ, ਤੇ ਪਿੱਛੇ ਉਦੋਂ ਪਿੱਛਾ ਕਰਦਾ ਸੀ ਤੇ ਪਾਤਸ਼ਾਹ ਨੇ ਉਦੋਂ ਹੀ ਮੌਕੇ ਤੇ ਹੀ ਗੜਬਾ ਮਾਰ ਕੇ ਇਹਦਾ ਪਾਰ ਲੰਘਾਤਾ। ਤੇ ਮਹਾਰਾਜ ਨੇ ਕਿਹਾ ਵਾ ਵੀ ਇਹ ਤੁਹਾਡੇ ਜੁੱਤੀਆਂ ਸਾਰੀ ਦੁਨੀਆਂ ਏਦਾਂ ਹੀ ਚੱਲਦੀ ਰਹਿਣੀ, ਜਿੰਨਾ ਚਿਕਰ ਦਿਨ ਚੜ੍ਹਦਾ ਰਹੂਗਾ ਤੇ ਛਿਪਦਾ ਰਹੂਗਾ ਤੁਹਾਡੇ ਜੁੱਤੀਆਂ ਪੈਂਦੀਆਂ ਰਹਿਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬਾਬਾ ਜੀ। ਬਹੁਤ ਗੰਦ ਪਾਇਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸਥਾਨ ਉਹ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ, ਜਿੱਥੇ ਨੂਰਦੀਨ ਵਰਗੇ ਮੁਗਲ ਹਕੂਮਤ ਤੇ ਜਿਹੜਾ ਸਭ ਤੋਂ ਜ਼ਿਆਦਾ ਪਿੱਠੂ ਸੀ ਉਹਨੇ ਸਤਿਗੁਰੂ ਸਾਹਿਬ ਜੀ ਦੇ ਪਿੱਛੋਂ ਧੋਖੇ ਨਾਲ ਧੱਕੇ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਸਤਿਗੁਰੂ ਸਾਹਿਬ ਜੀ ਨੇ ਇੱਥੇ ਦਾਤਨ ਵੀ ਕੀਤੀ ਸੀ ਤੇ ਉਸ ਥਾਂ ਜਦੋਂ ਉਹਨੇ ਪਿੱਛੋਂ ਦੀ ਆ ਕੇ ਹਮਲਾ ਕੀਤਾ ਤਾਂ ਸਤਿਗੁਰੂ ਸਾਹਿਬ ਜੀ ਨੇ ਉਹਨੂੰ ਆਪਣੀ ਗੁਲਾਮੇ 'ਚ ਲੈ ਕੇ ਚਿੱਤ ਕਰ ਦਿੱਤਾ ਸੀਗਾ। ਤੇ ਸਤਿਗੁਰੂ ਜੀ ਨੇ ਕਿਹਾ ਸੀਗਾ ਕਿ ਜੇਕਰ ਤੂੰ ਸਾਹਮਣੇ ਆ ਕੇ ਵਾਰ ਕਰਦਾ ਤਾਂ ਸ਼ਾਇਦ ਤੇਰੀ ਮੁਕਤੀ ਹੋ ਜਾਂਦੀ, ਤੈਨੂੰ ਮੁਕਤ ਅਸੀਂ ਕਰ ਦਿੰਦੇ ਤੇ, ਪਰ ਤੂੰ ਪਿੱਛੋਂ ਆ ਕੇ ਵਾਰ ਕੀਤਾ ਇਸ ਕਰਕੇ ਤੈਨੂੰ ਸਾਰੀ ਜ਼ਿੰਦਗੀ ਸਾਰੇ ਲੋਕ ਤਾਨੇ ਮਾਣਗੇ, ਤੇਰੇ ਸਿਰ ਤੇ ਜੁੱਤੀਆਂ ਵੱਜਣਗੇ। ਤੇ ਉਹੀ ਇਹ ਸਥਾਨ ਹੈ ਵੀ ਅੱਜ ਤੱਕ ਵੀ ਜਿਹੜੇ ਸੰਸਾਰ ਦੇ ਵਿੱਚ ਜਿਹੜੇ ਵੀ ਕੌਮ ਦੇ ਆਗੂ ਨੂੰ ਪੈਰੋਕਾਰ ਨੇ ਜਿਨ੍ਹਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਹੈ ਉਹ ਇਸੇ ਤਰ੍ਹਾਂ ਸੰਗਤਾਂ ਆ ਕੇ ਉਹਦੀ ਕਬਰ ਤੇ ਆ ਕੇ ਜੁੱਤੀਆਂ ਤੇ ਛਿੱਤਰ ਫੇਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।